ਹਾਂਜੀ ਦੋਸਤੋ, ਸਭ ਦਾ ਸਵਾਗਤ ਹੈ ਜੀ, ਅਤੇ ਸਭ ਨੂੰ ਸਤਿ ਸ਼੍ਰੀ ਅਕਾਲ। ਅਤੇ ਦੋਸਤੋ, ਹਾਜ਼ਰ ਹਾਂ ਜੀ ਕਣਕ ਦੀ ਕੀਮਤ ਬਾਰੇ ਕੁਛ ਜਾਣਕਾਰੀ ਲੈ ਕੇ। ਅਤੇ ਇੱਕ ਬੇਨਤੀ ਹੈ, ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਬੈਲ ਆਈਕੋਨ ਦਬਾ ਦਿਓ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਸੋ ਦੋਸਤੋ, ਗੱਲ ਕਰਦੇ ਹਾਂ ਜੀ ਕਣਕ ਦੀ ਨਵੀਂ ਜਿਹੜੀ ਕੀਮਤ ਮਿਥੀ ਗਈ ਹੈ ਅਤੇ ਉਸ ਦੇ ਬਾਰੇ 'ਚ। ਜਿਵੇਂ ਕਿ ਕੁਛ ਦਿਨ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਵਿੱਚ ਸਵਾਮੀਨਾਥਨ ਦੀਆਂ ਰਿਪੋਰਟਾਂ ਮੁਤਾਬਕ ਜਿਹੜਾ ਕਣਕ ਦੀ ਕੀਮਤ ਦੇਣ ਦਾ ਐਲਾਨ ਕੀਤਾ, ਅਤੇ ਉੱਥੇ ਹੁਣ ਜਿਹੜਾ ਸੈਂਟਰ ਸਰਕਾਰ ਦਾ ਮਿਥਿਆ ਹੋਇਆ ਰੇਟ 1840 ਰੁਪਏ, ਉਸ ਦੇ ਵਿੱਚ 160 ਰੁਪਏ ਬੋਨਸ ਦੇਵੇਗੀ ਮੱਧ ਪ੍ਰਦੇਸ਼ ਦੀ ਸਰਕਾਰ। ਇਹ ਐਲਾਨ ਕੀਤਾ ਜੀ ਉੱਥੋਂ ਦੇ ਮੁੱਖ ਮੰਤਰੀ ਕਮਲਨਾਥ ਜੀ ਹੋਰਾਂ ਨੇ। ਅਤੇ ਦੋਸਤੋ, ਇਹਦੇ 'ਚ ਇੱਕ ਵਿਚਾਰਨ ਵਾਲੀ ਗੱਲ ਇਹ ਵੀ ਕਿ ਆਖਿਰ ਜਿਹੜਾ ਪੰਜਾਬ ਹੈ ਉਹ ਹਰ ਪਾਸੇ ਕਿਉਂ ਪਿੱਛੇ ਰਹਿੰਦਾ, ਅਤੇ ਉਸ ਦੇ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਉਦੋਂ ਜਿਹੜੇ ਪੰਜਾਬ ਦੀ ਵਾਗਡੋਰ ਜਿਨ੍ਹਾਂ ਦੇ ਹੱਥ ਵਿੱਚ ਹੈ, ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹ ਕਿਸਾਨ ਦੇ ਪੱਖ ਦੇ ਵਿੱਚ ਚੰਗੀ ਤਰ੍ਹਾਂ ਕਿਉਂ ਨਹੀਂ ਭੁਗਤਦੀਆਂ, ਇਹ ਸੋਚਣ ਵਾਲੀ ਗੱਲ ਹੈ। ਕਿਉਂਕਿ ਸਭ ਤੋਂ ਵੱਧ ਜਿਹੜੇ ਖਰਚੇ ਨੇ, ਸਭ ਤੋਂ ਵੱਧ ਜਿਹੜੇ ਟੈਕਸਾਂ ਦੀ ਮਾਰ ਹੈ, ਉਹ ਪੰਜਾਬ ਦੇ ਕਿਸਾਨਾਂ ਉੱਪਰ ਪੈਂਦੀ ਹੈ, ਅਤੇ ਸਭ ਤੋਂ ਵੱਧ ਜਿਹੜਾ ਨਿਪੰਡਾ ਉਸਦੇ ਵਿੱਚ ਜਿਹੜਾ ਅਨਾਜ ਦਾ ਯੋਗਦਾਨ ਹੈ, ਉਹ ਵੀ ਸਭ ਤੋਂ ਜ਼ਿਆਦਾ ਪੰਜਾਬ ਦੇ ਕਿਸਾਨਾਂ ਵੱਲੋਂ ਹੀ ਪਾਇਆ ਜਾਂਦਾ, ਉਹਨਾਂ ਦੀ ਮਿਹਨਤ ਹੀ ਹੈ ਜਿਹੜੀ ਦਿਨ ਰਾਤ ਦੀ। ਪਰ ਜਿਹੜੀ ਹੁਣ ਪੰਜਾਬ ਸਰਕਾਰ ਹੈ ਜਾਂ ਸੈਂਟਰ ਸਰਕਾਰ ਹੈ, ਜਿਵੇਂ ਕਿ ਖਾਸ ਤੌਰ 'ਤੇ ਸੈਂਟਰ ਸਰਕਾਰ ਨੇ, ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਜਿਹੜਾ ਸਵਾਮੀਨਾਥਨ ਦੀਆਂ ਰਿਪੋਰਟਾਂ ਦੇ ਨਾਲ ਇਹਨ ਬਿੰਨ ਜਿਵੇਂ ਦਾ ਉਹਦੇ ਨਾਲ ਰਲਦਾ ਮਿਲਦਾ ਫਾਰਮੂਲਾ A2 ਤਿਆਰ ਕੀਤਾ ਸੀ, ਉਸ ਦੇ ਮੁਤਾਬਕ ਜਿਹੜੇ ਰੇਟ ਦਿੱਤੇ ਜਾਣਗੇ। ਅਤੇ ਇੱਕ ਖਾਸ ਗੱਲ ਹੋਰ ਹੈ, ਮੱਧ ਪ੍ਰਦੇਸ਼ ਸਰਕਾਰ ਜਿਹੜੀ ਹੈ ਉਹ ਮੱਕੀ ਦੇ ਉੱਪਰ ਵੀ ਜਿਹੜਾ ਸਮਰਥਨ ਮੁੱਲ ਜਿਹੜਾ ਦਿੱਤਾ ਗਿਆ, ਜਿਹੜਾ ਘੱਟੋ ਘੱਟ ਕੀਮਤ ਨਿਸ਼ਚਿਤ ਕੀਤੀ ਗਈ ਹੈ ਸੈਂਟਰ ਸਰਕਾਰ ਦੁਆਰਾ, ਉਸ ਨੂੰ ਦੇਣ ਦਾ ਐਲਾਨ ਕੀਤਾ ਉਹਨਾਂ ਨੇ। ਜੇ ਮੰਨ ਲਓ ਮੰਡੀ ਦੇ ਵਿੱਚ ਉਸ ਦੀ ਕੀਮਤ ਘੱਟ ਲੱਗਦੀ, ਤਾਂ ਉਸ ਦੇ ਵਿੱਚ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ 250 ਰੁਪਇਆ ਹੋਰ ਆਪਣੇ ਵੱਲੋਂ ਬੋਨਸ ਜੋੜ ਕੇ ਫਿਰ ਕਿਸਾਨਾਂ ਨੂੰ ਅਦਾ ਕਰੇਗੀ। ਅਤੇ ਜਿਹੜੇ ਘੱਟੋ ਘੱਟ ਕੀਮਤ ਹੈ ਉਸ ਦੇ ਹਿਸਾਬ ਨਾਲ ਕਿਸਾਨਾਂ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਦਿਨ ਦੇ ਵਿੱਚ ਕਰੋੜਾਂ ਰੁਪਏ ਦੀ ਜਿਹੜੀ ਠੱਗੀ ਮਾਰੀ ਜਾ ਰਹੀ ਹੈ। ਸੋ ਹੁਣ ਵੇਖ ਰਹੇ ਹਾਂਗੇ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਜਿਹੜੀ ਭਾਰਤ ਸਰਕਾਰ ਹੈ ਉਹ ਕੀ ਦਿੰਦੀ ਹੈ, ਅਤੇ ਪੰਜਾਬ ਸਰਕਾਰ ਜਿਹੜੀ ਉਹ ਕਿਸਾਨਾਂ ਵਾਸਤੇ ਹੁਣ ਕਣਕ ਦੀ ਕੀਮਤ ਬਾਰੇ ਕੀ ਕਰਦੀ ਹੈ। ਸੋ ਇਹ ਸੀ ਦੋਸਤੋ ਜਾਣਕਾਰੀ, ਜਿਹੜੀ 160 ਰੁਪਏ ਬੋਨਸ ਦਿੱਤਾ ਜਾ ਰਿਹਾ ਮੱਧ ਪ੍ਰਦੇਸ਼ ਸਰਕਾਰ ਦੁਆਰਾ। ਬਹੁਤ ਬਹੁਤ ਧੰਨਵਾਦ।